ਜਦੋਂ ਚੰਦੂ ਦਾ ਪੁੱਤਰ ਕਰਮਚੰਦ ਸਾਹਮਣੇ ਆ ਗਿਆ, ਰਤਨ ਚੰਦ ਤੇ ਸੂਬਾ ਅਬਦੁਲ ਖਾਨ ਪਿੱਛੇ ਆ ਗਏ। ਕਰਮਚੰਦ ਤਲਵਾਰ ਵਾਰ ਕੇ ਆਇਆ ਗੁਰੂ ਸਾਹਿਬ ਤੇ ਵਾਰ ਕਰਨ ਲਈ। ਉਹਨੇ ਬੜੇ ਜ਼ੋਰ ਨਾਲ ਬਾਹਾਂ ਦੇ ਬਲ ਨਾਲ ਤੇਗ ਦਾ ਵਾਰ ਕੀਤਾ। ਮਹਾਰਾਜ ਨੇ ਵੇਖਿਆ ਵਾਰ ਸਾਡੇ ਸੀਸ਼ ਤੇ ਆ ਰਿਹਾ ਤਲਵਾਰ ਦਾ। ਮਹਾਰਾਜ ਨੇ ਆਪਣਾ ਬੜਾ ਭਾਰੀ ਢਾਲਾ 25 ਸੇਰ ਫੁੱਲਾਂ ਦਾ ਭਾਰ ਸੀ ਢਾਲ ਦਾ, ਉਹ ਸਤਿਗੁਰਾਂ ਨੇ ਸੰਭਾਲੀ। ਫਿਰ ਢਾਲ ਜੰਗੀ, ਮਹਾਰਾਜ ਦੀਆਂ ਢਾਲ ਦੇ ਫੁੱਲਾਂ ਦੇ ਉੱਤੇ ਤਲਵਾਰ ਵੱਜੀ, ਚਿਣਗਾਰੀਆਂ ਨਿਕਲੀਆਂ ਵਿੱਚੋਂ ਅੱਗ ਦੀਆਂ। ਮਹਾਰਾਜ ਫਿਰ ਪੈਂਤੜਾ ਪਾ ਕੇ ਬਦਲ ਕੇ ਖੱਬੇ ਹੱਥ ਦੇ ਨਾਲ ਬਲ ਨਾਲ ਕਹਿੰਦੇ ਵੇਖਿਆ ਵੀ ਦੂਜਾ ਵਾਰ ਮਾਰਨ ਲੱਗਾ ਕਰਮਚੰਦ। ਮਹਾਰਾਜ ਨੇ ਢਾਲ ਉਹਦੇ ਦੂਜਾ ਵਾਰ ਕਰਨ ਤੋਂ ਪਹਿਲਾਂ ਹੀ ਮੂੰਹ ਤੇ ਮਾਰ ਦਿੱਤੀ। ਖੱਬੇ ਹੱਥ ਨਾਲ ਸਤਿਗੁਰਾਂ ਨੇ ਵਾਰ ਵੀ ਰੋਕ ਲਿਆ। ਜਦੋਂ ਉਹ ਦੂਜਾ ਵਾਰ ਮਾਰਨ ਲੱਗਾ, ਉਸ ਤੋਂ ਪਹਿਲਾਂ ਸਤਿਗੁਰਾਂ ਦੀ ਢਾਲ ਉਹਦੇ ਮੂੰਹ ਤੇ ਆ ਵੱਜੀ। ਬੇਹੋਸ਼ ਹੋ ਕੇ ਕਰਮਚੰਦ ਧਰਤੀ ਤੇ ਡਿੱਗ ਪਿਆ। ਦੂਜੇ ਪਾਸੇ ਰਤਨ ਚੰਦ ਘੇਰੜ ਦਾ ਪੁੱਤਰ ਸੀ, ਉਹ ਮਹਾਰਾਜ ਵੱਲ ਤਲਵਾਰ ਲੈ ਕੇ ਆਇਆ ਮਾਰਨ ਵਾਸਤੇ। ਬੜੇ ਫੁਰਤੀ ਨਾਲ ਵਾਰ ਕੀਤਾ। ਗੁਰੂ ਸਾਹਿਬ ਜੀ ਖੱਬੇ ਪਾਸੇ ਨੂੰ ਪੈਂਤੜਾ ਕਰ ਗਏ ਤੇ ਉਹਦਾ ਵਾਰ ਖਾਲੀ ਗਿਆ। ਦੂਜਾ ਵਾਰ ਕਰਨ ਲੱਗਾ ਸੀ, ਸਤਿਗੁਰੂ ਜੀ ਨੇ ਖੰਡਾ ਇੱਧਰ ਕਰਕੇ ਤੇ ਪਿਸਤੌਲ ਕੱਢਿਆ ਕਮਰ ਕਸੇ ਚੋਂ ਤੇ ਰਤਨ ਚੰਦ ਦੀ ਛਾਤੀ 'ਚ ਮਾਰੀ ਗੋਲੀ ਤੇ ਧੜਾਮ ਕਰਕੇ ਰਤਨ ਚੰਦ ਡਿੱਗਾ। ਏਦਾਂ ਉਛਲ ਕੇ ਆ ਰਿਹਾ ਸੀ ਪਰ ਉਹ ਉਛਲ ਉਹਦੀ ਛਾਲ ਵਿੱਚ ਹੀ ਰਹਿ ਗਈ ਜਦੋਂ ਗੋਲੀ ਛਾਤੀ 'ਚੋਂ ਪਾਰ ਹੋ ਗਈ। ਮੂੰਹ ਛਾਤੀ ਦੇ ਵਿੱਚੋਂ ਖੂਨ ਦੇ ਫੁਹਾਰੇ ਨਿਕਲਣ ਲੱਗ ਪਏ ਤੇ ਮੂੰਹ ਪਾਟਾ ਹੀ ਰਹਿ ਗਿਆ। ਹਾਏ ਕਹਿਣ ਦਾ ਵੀ ਮੌਕਾ ਨਹੀਂ ਲੱਗਾ ਤੇ ਪ੍ਰਾਣ ਪੰਖੇਰੂ ਉਡਾਰੀਆਂ ਮਾਰ ਗਏ। ਅਬਦੁਲ ਖਾਨ ਨੇ ਵੇਖਿਆ ਕਰਮਚੰਦ ਨੂੰ ਬੇਹੋਸ਼ ਕਰ ਦਿੱਤਾ ਤੇ ਰਤਨ ਚੰਦ ਨੂੰ ਗੋਲੀ ਨਾਲ ਮਾਰਦਾ, ਹੁਣ ਤਾਂ ਮੈਂ ਇਕੱਲਾ ਹੀ ਰਹਿ ਗਿਆ। ਤੋ ਅਬਦੁਲ ਖਾਂ ਵੀ ਬੜਾ ਸੂਰਮਾ ਸੀ, ਗੁੱਸੇ 'ਚ ਆ ਗਿਆ। ਉਹਨੇ ਇਹ ਜਾਣ ਲਿਆ ਵੀ ਜਿਹਦੇ ਨਾਲ ਸਾਡਾ ਪੇਚਾ ਪਿਆ ਇੱਕ ਬੜਾ ਸੂਰਮਾ ਬਲੀ ਯੋਧਾ ਹੈ। ਕਹਿੰਦੇ ਛਾਲਾਂ ਮਾਰਦਾ ਹੋਇਆ ਗਰਜ ਕੇ ਬੋਲਿਆ ਅਬਦੁਲ ਖਾਂ, ਕਹਿੰਦਾ ਗੁਰੂ ਜੀ ਹੁਣ ਖੜੇ ਰਹੋ, ਹੁਣ ਓਹਲਾ ਨਾ ਕਰਿਆ ਜੇ, ਹੁਣ ਲੁਕਿਆ ਜੇ ਨਾ, ਹੁਣ ਮੇਰਾ ਵਾਰ ਲਿਆ ਜੇ। ਸਤਿਗੁਰੂ ਪਾਤਸ਼ਾਹ ਉਹਦੀ ਗੱਲ ਸੁਣ ਕੇ ਜਿਹੜੇ ਖੱਬੇ ਹੱਥ ਢਾਲ ਸੀ, ਮਹਾਰਾਜ ਬੜੀ ਫੁਰਤੀ ਦੇ ਨਾਲ ਤੇ ਮਹਾਰਾਜ ਨੰਗੀ ਤਲਵਾਰ ਹੱਥ ਵਿੱਚ ਤੇਦਾਂ ਪੈਂਤੜਾ ਲੈ ਰਹੇ ਨੇ ਖਾੜੇ ਦੇ ਵਿੱਚ। ਅੱਖਾਂ ਸਾਹਮਣੇ ਪੂਰੀਆਂ ਇੱਕ ਦੂਜੀ 'ਚ ਮਿਲੀਆਂ ਹੋਈਆਂ ਨੇ ਤੇ ਦੇਖਦੇ ਵੀ ਕਿੱਥੋਂ ਵਾਰ ਉਹਨੇ ਕਰਨਾ ਤੇ ਕਿੱਥੋਂ ਅਸੀਂ ਵਾਰ ਕਰਨਾ। ਕਦੀ ਮਹਾਰਾਜ ਢਾਈ ਪੈਰਾ, ਕਦੀ ਡੇਢ ਪੈਰਾ, ਕਦੀ ਚੌਮੁਖੀਆ ਤੇ ਪੈਂਤੜੇ ਬਦਲ ਬਦਲ ਕੇ ਸਤਿਗੁਰੂ ਵਾਰ ਲੈਂਦੇ ਤੇ ਦਿੰਦੇ। ਜਿਵੇਂ ਗੁਰੂ ਸਾਹਿਬ ਪੈਂਤੜਾ ਬਦਲਦੇ ਉਹ ਵੀ ਬਦਲਦਾ, ਉਹ ਵੀ ਕੋਈ ਆਮ ਆਦਮੀ ਥੋੜ੍ਹਾ ਜਿਹੜਾ ਗੁਰੂ ਸਾਹਿਬ ਨਾਲ ਲੜਨ ਆਇਆ। ਦੋਵਾਂ ਨੇ ਹੁਣ ਢਾਲਾਂ ਸਿੱਟ ਦਿੱਤੀਆਂ, ਤਲਵਾਰਾਂ ਹੀ ਰਹਿ ਗਈਆਂ ਹੱਥ ਵਿੱਚ। ਦੋਵੇਂ ਇੱਕੋ ਇਰਾਦੇ ਤੇ ਖੜੇ ਆ ਵੀ ਮਰਨਾ ਜਾਂ ਮਾਰਨਾ ਹੈ। ਦੋਵਾਂ ਨੂੰ ਜੰਗ ਦਾ ਪੂਰਾ ਚਾਹ ਚੜ ਗਿਆ ਹੈ, ਨਾਨਾ ਪ੍ਰਕਾਰ ਦੇ ਵਾਰ ਕਰਦੇ ਨੇ। 33 ਕਰੋੜ ਦੇਵਤੇ ਅਸਮਾਨ 'ਚ ਆ ਕੇ ਫੁੱਲਾਂ ਦੀ ਵਰਖਾ ਕਰਨ ਲੱਗੇ ਤੇ ਪਾਤਸ਼ਾਹ ਦਾ ਯੁੱਧ ਵੇਖਣ ਲੱਗੇ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਐਸਾ ਇਸ਼ਾਰਾ ਕੀਤਾ ਵੀ ਥੱਲਿਓਂ ਲੱਤਾਂ ਹੀ ਵੱਢ ਦਿਆਂਗੇ ਇੱਕੋ ਵਾਰ ਦੇ ਨਾਲ। ਤੇ ਖਾਨ ਨੇ ਸੋਚਿਆ ਲਓ ਹੁਣ ਮੇਰੀਆਂ ਲੱਤਾਂ ਗਈਆਂ। ਉਹਦਾ ਧਿਆਨ ਆਪਣੀਆਂ ਲੱਤਾਂ ਵੱਲ, ਆਪਣੇ ਗਿੱਟੇ ਜਾਂ ਗੋਡੇ ਤੱਕ ਹੋ ਗਿਆ। ਵਾਰ ਏਦਾਂ ਮਾਰਿਆ ਸਤਿਗੁਰਾਂ ਨੇ, ਉਹਨੂੰ ਲੱਗਾ ਵੀ ਥੱਲੇ ਆਏਗਾ, ਇੱਥੋਂ ਚੀਰ ਦਾ ਵਾਰ ਕਰ ਗਏ। ਉਹ ਚੀਰ ਦਾ ਵਾਰ ਜਿਹੜਾ ਰੁਕਦਾ ਹੀ ਨਹੀਂ, ਉਹ ਮਹਾਰਾਜ ਨੇ ਸਿੱਧਾ ਮਾਰਿਆ, ਉਹ ਇੱਥੇ ਆ ਕੇ ਵੱਜਾ ਤੇ ਧੌਣ ਜਿਹੜੀ ਸੀ ਲਾ ਕੇ ਪਰੇ ਸੁੱਟ ਦਿੱਤੀ। ਅਬਦੁਲ ਖਾਂ ਦਾ ਸਿਰ ਵੱਡਾ ਦਵਾਣੇ ਵਰਗਾ ਉਹ ਜਾ ਡਿੱਗਾ। ਜਦੋਂ ਮਹਾਰਾਜ ਨੇ ਜਕਾਰਾ ਗਜਾਇਆ ਨਾ, ਜਿਹੜਾ ਬੇਹੋਸ਼ ਪਿਆ ਸੀ ਨਾ ਚੰਦੂ ਦਾ ਪੁੱਤਰ ਕਰਮਚੰਦ, ਉਹਨੂੰ ਹੋਸ਼ ਆ ਗਈ। ਮਹਾਰਾਜ ਕਹਿੰਦੇ ਅਜੇ ਤੱਕ ਤੂੰ ਜਿਉਂਦਾ? ਕਰਮਚੰਦ ਗੁਰੂ ਸਾਹਿਬ ਤੇ ਛਾਲ ਮਾਰ ਕੇ ਆਇਆ, ਤਲਵਾਰ ਤੇ ਤਲਵਾਰ ਜਦੋਂ ਵੱਜੀ ਕਹਿੰਦੇ ਦੋਵੇਂ ਤਲਵਾਰਾਂ ਟੁੱਟ ਗਈ। ਜਦੋਂ ਮਹਾਰਾਜ ਨੇ ਬਾਂਹ ਫੜ ਲਈ, ਉਹਨੇ ਛਡਾਉਣ ਦਾ ਬੜਾ ਜ਼ੋਰ ਲਾਇਆ, ਲੱਤਾਂ ਦੇ ਕੋਲੋਂ ਦੀ ਪੱਟਾਂ ਦੇ ਪਾਇਆ ਹੱਥ ਤੇ ਉੱਪਰ ਚੁੱਕ ਲਿਆ ਸਤਿਗੁਰੂ ਜੀ ਨੇ ਤੇ ਘੁਮਾ ਕੇ ਫਿਰ ਸਤਿਗੁਰੂ ਜੀ ਨੇ ਜ਼ੋਰ ਨਾਲ ਧਰਤੀ ਤੇ ਪਟਕਾਰਿਆ, ਉਹਨੂੰ ਜ਼ੋਰ ਨਾਲ ਮਾਰਿਆ। ਪਟਕਾਰ ਕੇ ਸਿਰ ਉਹਦਾ ਏਦਾਂ ਫੁੱਟ ਗਿਆ ਜਿਵੇਂ ਕੋਈ ਦਵਾਣਾ ਫੁੱਟ ਜਾਂਦਾ, ਸਾਰੀਆਂ ਹੱਡੀਆਂ ਚੂਰ ਕਰ ਦਿੱਤੀ। ਕੁਝ ਥਕਾਵਟ ਜੀ ਮੰਨ ਕੇ ਅਬਦੁਲ ਖਾਂ ਦੀ ਲਾਸ਼ ਦੇ ਕੋਲ ਹੀ ਬੈਠ ਗਏ ਨੇ। ਤਿੰਨਾਂ ਲਾਸ਼ਾਂ ਦੇ ਵਿਚਕਾਰ ਸਤਿਗੁਰੂ ਭੂਮੀ ਤੇ ਬੈਠੇ ਹਨ। ਸਾਰੀ ਫੌਜ ਪਿੱਛੇ ਹਟ ਗਈ, ਆਪਾਂ ਆਪਣੇ ਡੇਰਿਆਂ ਨੂੰ, ਰੌਲਾ ਪਿਆ ਅਸੀਂ ਸ਼ਾਂਤ ਹੋ ਗਏ।